ਹੁਣ ਅੱਜ ਜਿਹੜੀ ਚਾਹ ਕਾਫੀ ਪਲਾਉਣੀ ਆ ਉਹ ਸੋਨਮ ਨੇ ਪਲਾਉਣੀ ਆ ਪਰ ਸੋਨਮ ਦੇ ਹੱਥ ਦੀ ਕਾਫੀ ਮੈਂ ਨਹੀਂ ਪੀਣੀ ਹੈਗੀ ਕਿਉਂਕਿ ਪਤਾ ਹੀ ਆ ਤੁਹਾਨੂੰ ਇਹਨੇ ਕਿਹੜੀ ਕਾਫੀ ਪਲਾਉਣੀ ਆ ਆਹ ਜਿਹੜੀ ਚੱਕੀ ਹੋਈ ਆ ਇਹ ਉਹੀ ਹਾਂ ਇਹਦੇ ਨਾਲ 10 ਸਾਲ ਤੁਸੀਂ ਯੰਗ ਹੋ ਜਾਂਦੇ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਇਹ ਗੱਲ ਮੈਡਮ ਜੋ ਮਰਜ਼ੀ ਹੋ ਜਵੇ ਦੇਖੋ ਇਮਾਨਦਾਰੀ ਵਾਲੀ ਗੱਲ ਇਹ ਆ ਵੀ ਅਸੀਂ ਟੱਟੀਆਂ ਖਾ ਕੇ ਯੰਗ ਨਹੀਂ ਹੋਣਾ ਹੈਗਾ ਸੋ ਐਦਾਂ ਹੀ ਠੀਕ ਹੈ ਮਾਹੌਲ